ਵੱਡਾ ਐਲਾਨ ਇੱਕ ਦੇਸ਼ ਦੀ ਚਰਚਾ ਦਾ ਵਿਸ਼ਾ ਬਣ ਗਿਆ ਔਰ ਜਿਸ ਹਿਸਾਬ ਨਾਲ ਉਨ੍ਹਾਂ ਨੇ ਕਿਹਾ ਕਿ ਮੈਂ ਦੁਬਾਰਾ ਜਨਤਾ ਦੇ ਵਿਚ ਆਵਾਂਗਾ ਜੇ ਜਨਤਾ ਚੁਣੇਗੀ ਤਾਂ ਮੈਂ ਵਾਪਸ ਆਵਾਂਗਾ ਪਹਿਲੀ ਪ੍ਰਤੀਕਿਰਿਆ ਤੁਹਾਡੀ ਦੇਖੋ ਭਾਰਤੀ ਜਨਤਾ ਪਾਰਟੀ ਨੇ ਝੂਠੇ ਇੱਕ ਝੂਠੀ ਸਟੋਰੀ ਬਣਾ ਕੇ ਇੱਕ ਝੂਠਾ ਕੇਸ ਬਣਾ ਕੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਭੇਜਿਆ ਦੇਸ਼ ਜਾਣਦਾ ਗਾ ਔਰ ਦੇਸ਼ ਦੀ ਸਰਵਉੱਚ ਅਦਾਲਤ ਨੇ ਜ਼ਮਾਨਤ ਦਿੱਤੀ ਤਾਂ ਲੋਕਤੰਤਰ ਦੇ ਅੰਦਰ ਡੈਮੋਕਰੇਸੀ ਦੇ ਅੰਦਰ ਲੋਕ ਵੱਡੇ ਹੁੰਦੇ ਨੇਗੇ ਕਿਉਂਕਿ ਲੋਕਾਂ ਨੇ ਚੁਣ ਕੇ ਭੇਜਿਆ ਸੀਗਾ ਸੋ ਹੁਣ ਅਰਵਿੰਦ ਕੇਜਰੀਵਾਲ ਜੀ ਨੇ ਇਹ ਅਸਤੀਫਾ ਦੇ ਕੇ ਇਹ ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਮੈਂ ਲੋਕਾਂ 'ਚ ਆ ਰਿਹਾ ਲੋਕ ਡਿਸਾਈਡ ਕਰਨਗੇ ਕਿ ਮੈਂ ਸੱਚਾ ਮੈਂ ਝੂਠਾ ਉਹਨਾਂ ਨੇ ਅੱਜ ਬੜਾ ਠੋਕ ਕੇ ਐਲਾਨ ਕੀਤਾ ਕਿ ਜੇਕਰ ਮੈਂ ਇਮਾਨਦਾਰ ਹਾਂ ਤਾਂ ਮੈਨੂੰ ਵੋਟ ਦਿਓ ਜੇ ਮੈਂ ਬੇਈਮਾਨ ਹਾਂ ਮੈਨੂੰ ਵੋਟ ਨਾ ਦਿਓ ਸੋ ਇਹ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡਾ ਚੈਲੰਜ ਹੈ ਤਾਂ ਭਾਰਤੀ ਜਨਤਾ ਪਾਰਟੀ ਨੂੰ ਹੁਣੇ ਇਲੈਕਸ਼ਨ ਜਿਹੜੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਆ ਉਹਨਾਂ ਦੇ ਅੰਡਰ ਆਉਂਦਾ ਗਾ ਤਾਂ ਤੁਰੰਤ ਜਿਹੜੀ ਇਲੈਕਸ਼ਨ ਦਾ ਨਵੰਬਰ 'ਚ ਐਲਾਨ ਕਰਨਾ ਚਾਹੀਦਾ ਤਾਂ ਕਿ ਪਤਾ ਲੱਗ ਜਾਵੇ ਲੋਕਾਂ ਨੂੰ ਪਰ ਮੈਂ ਸਮਝਦਾ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਬਹੁਤ ਵੱਡਾ ਦਿਲ ਦਿਖਾਇਆ ਗਾ ਬਹੁਤ ਵੱਡਾ ਉਹਨਾਂ ਨੇ ਆਪਣੇ ਆਪ ਦਾ ਜਿਹੜਾ ਤਿਆਗ ਦੀ ਭਾਵਨਾ ਦਿਖਾਈ ਆ ਸੋ ਅੱਜ ਬਹੁਤ ਵੱਡਾ ਦੇਸ਼ ਦੇ ਸਾਹਮਣੇ ਐਗਜ਼ਾਮਪਲ ਪੇਸ਼ ਕੀਤੀ ਆ ਸੋ ਦਿੱਲੀ ਦੇ ਲੋਕ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਸਤਿਕਾਰ ਦੀ ਭਾਵਨਾ ਅਰਵਿੰਦ ਕੇਜਰੀਵਾਲ ਦੀ ਪ੍ਰਤੀ ਵੱਧ ਗਈ ਸੋ ਇੱਕ ਤਰਫਾ ਮੁਕਾਬਲਾ ਹੋਊਗਾ ਅਰਵਿੰਦ ਕੇਜਰੀਵਾਲ ਜੀ ਜਿਹੜੀ ਵੱਡੀ ਜਿੱਤ ਦੇ ਨਾਲ ਦੁਬਾਰਾ ਮੁੱਖ ਮੰਤਰੀ ਬਣਨਗੇ ਬੀਜੇਪੀ ਵੱਲੋਂ ਆਪੋਜੀਸ਼ਨ ਆਉਣੇ ਸ਼ੁਰੂ ਹੋ ਗਏ ਦਿੱਲੀ ਦੇ ਕਿ ਜੀ ਇਹ ਤਾਂ ਪਹਿਲਾਂ ਦੇਣਾ ਚਾਹੀਦਾ ਸੀ ਪੋਲੀਟੀਕਲ ਸਟੰਟ ਹੈ ਹੁਣ ਬਾਹਰ ਆ ਕੇ ਇੱਕ ਲੋਕਾਂ ਦੇ ਵਿੱਚ ਆਪਣੀ ਇਮੇਜ ਨੂੰ ਸੁਧਾਰਨ ਦੀ ਗੱਲ ਹੈ ਇਹ ਪ੍ਰਤੀਕਿਰਿਆ ਆਉਣੀ ਸ਼ੁਰੂ ਹੋ ਗਈ ਭਾਰਤੀ ਜਨਤਾ ਪਾਰਟੀ ਜਿੰਨੀ ਮਰਜ਼ੀ ਪ੍ਰਤੀਕਰਮ ਦੇ ਲੇ ਦੇਸ਼ ਜਾਣਦਾ ਗਾ ਕਿ ਭਾਰਤੀ ਜਨਤਾ ਪਾਰਟੀ ਝੂਠੇ ਕੇਸ ਬਣਾਉਣ ਦੇ ਵਿੱਚ ਮਾਹਰ ਆ ਜਿੰਨੇ ਆਪੋਜੀਸ਼ਨ ਦੇ ਨੇਤਾ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਝੂਠੇ ਫਰਜ਼ੀ ਕੇਸ ਬਣਾ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰਦੀ ਆ ਭਾਰਤੀ ਜਨਤਾ ਪਾਰਟੀ ਚੰਦ ਪਰਿਵਾਰਾਂ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਗੱਲ ਕਰਦੀ ਆ ਚੰਗੀ ਝੋਪੜੀ ਵਾਲਿਆਂ ਦੀ ਗੱਲ ਕਰਦੀ ਆ ਗਰੀਬ ਲੋਕਾਂ ਦੀ ਗੱਲ ਕਰਦੀ ਆ ਸੋ ਇਸ ਗੱਲ ਕਰਕੇ ਆਮ ਆਦਮੀ ਪਾਰਟੀ ਤੋਂ ਕੌਣ ਡਰਦਾ ਗਾ ਭਾਰਤੀ ਜਨਤਾ ਪਾਰਟੀ ਡਰਦੀ ਆ ਸੋ ਬਹੁਤ ਵੱਡੀ ਐਗਜ਼ਾਮਪਲ ਅੱਜ ਅਰਵਿੰਦ ਕੇਜਰੀਵਾਲ ਜੀ ਨੇ ਦੇਸ਼ ਦੇ ਸਾਹਮਣੇ ਸੈੱਟ ਕੀਤੀ ਆ ਸੋ ਮੈਂ ਉਹਨਾਂ ਨੂੰ ਸਲੂਟ ਕਰਦਾ ਸਲਾਮ ਕਰਦਾ ਇੱਕ ਇਹ ਵੀ ਕਿਹਾ ਕਿ ਹੁਣ ਸੀਐਮ ਕੋਈ ਨਹੀਂ ਬਣੇਗਾ ਅਸੀਂ ਜਨਤਾ ਦੇ ਵਿੱਚ ਜਾਵਾਂਗੇ ਯਾਨੀ ਕਿ ਫਿਰ ਇਲੈਕਸ਼ਨ ਵੀ ਕਹਿੰਦੇ ਕਰਾ ਲਓ ਛੇਤੀ ਕਰਾ ਲਓ ਨਵੰਬਰ 'ਚ ਹੋਣੇ ਹੈ ਇਹ ਤਾਂ ਚਲੋ ਇੱਕ ਟੈਕਨੀਕਲ ਪੁਆਇੰਟ ਆ ਗਿਆ ਨਹੀਂ ਨਹੀਂ ਅਰਵਿੰਦ ਕੇਜਰੀਵਾਲ ਜੀ ਨੇ ਸਾਫ਼ ਕੀਤਾ ਗਿਆ ਕਿ ਬਿਲਕੁਲ ਨਵਾਂ ਮੁੱਖ ਮੰਤਰੀ ਬਣੂਗਾ ਤਾਂ ਮਨੀਸ਼ ਸਿਸੋਦੀਆ ਜੀ ਨੇ ਵੀ ਕਿਹਾ ਕਿ ਮੇਰੇ ਤੇ ਵੀ ਦੇਸ਼ ਨੇ ਕਿ ਦੋਨੇ ਅਰਵਿੰਦ ਕੇਜਰੀਵਾਲ ਜੀ ਔਰ ਮਨੀਸ਼ ਸਿਸੋਦੀਆ ਜੀ ਨੇ ਆਪਣੇ ਆਪ ਨੂੰ ਜਿਹੜਾ ਮੁੱਖ ਮੰਤਰੀ ਦਾ ਉਹਦੇ ਤੋਂ ਪਿੱਛੇ ਕੀਤਾ ਗਾ ਸੋ ਨਵਾਂ ਜਿਹੜਾ ਮੁੱਖ ਮੰਤਰੀ ਹੋਊਗਾ ਉਹ ਪਾਰਟੀ ਦੀ ਲੀਡਰਸ਼ਿਪ ਔਰ ਦਿੱਲੀ ਦੇ ਮੁੱਖ ਮੰਤਰੀ ਤੈਅ ਕਰਨਗੇ ਹਰਿਆਣਾ 'ਚ ਇਲੈਕਸ਼ਨ ਨੇ ਔਰ ਆਮ ਆਦਮੀ ਪਾਰਟੀ ਵੀ 90 ਸੀਟਾਂ ਤੇ ਲੜ ਰਹੀ ਹੈ ਦਿੱਲੀ ਐਨਸੀਆਰ ਹਰਿਆਣਾ ਇਕੱਠੇ ਲੱਗਦੇ ਨੇ ਕਿੰਨਾ ਕੁ ਅਸਰ ਦੇਖਦੇ ਹੋ ਇਸ ਐਲਾਨ ਦਾ ਦੇਖੋ ਅੱਜ ਦੇ ਇਸ ਐਲਾਨ ਦੇ ਨਾਲ ਮੈਂ ਸਮਝਦਾ ਅਰਵਿੰਦ ਕੇਜਰੀਵਾਲ ਜੀ ਦਾ ਕੱਦ ਜਿਹੜਾ ਉਹ ਦੇਸ਼ ਦੀ ਸਿਆਸਤ ਦੇ ਅੰਦਰ ਬਹੁਤ ਵੱਡਾ ਹੋਇਆ ਗਾ ਅੱਜ ਅਰਵਿੰਦ ਕੇਜਰੀਵਾਲ ਜੀ ਦੀ ਰਿਸਪੈਕਟ ਜਿਹੜੀ ਆ ਉਹ ਦੇਸ਼ ਦੇ ਅੰਦਰ ਹੋਰ ਵਧੀਆ ਔਰ ਬਿਲਕੁਲ ਅਸੀਂ ਸਾਰੀਆਂ ਸੀਟਾਂ ਜਿਹੜੀਆਂ ਜਿੱਤਾਂਗੇ ਲਾਸਟ ਸਵਾਲ ਪੰਜਾਬ 'ਚ ਵੀ ਫਿਰ ਤਾਂ ਇਹ ਮੁੱਦਾ ਹੈ ਹੀ ਹੈ ਕਿਉਂਕਿ ਦੇਸ਼ ਦਾ ਬਣ ਗਿਆ ਪੰਜਾਬ 'ਚ ਜਿੱਦਾਂ ਤੁਹਾਡਾ ਇੱਕ ਸਟਾਈਲ ਹੈ ਆਮ ਆਦਮੀ ਪਾਰਟੀ ਦਾ ਵੀ ਹਾਂ ਅਸੀਂ ਇੱਕ ਚੀਜ਼ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਵਾਂ ਕਿਆ ਕੋਈ ਅਜੀ ਰਣਨੀਤੀ ਬਣੀ ਦੇਖੋ ਪੰਜਾਬ 'ਚ ਅਜੇ ਕੋਈ ਰਣਨੀਤੀ ਨਹੀਂ ਕਿਉਂਕਿ ਪੰਜਾਬ ਦੀ ਨਾ ਹੀ ਕੋਈ ਕਿਸੇ ਕਿਸਮ ਦਾ ਉਹ ਆ ਸੋ ਮੈਂ ਸਮਝਦਾ ਗਾ ਤੋ ਬਿਲਕੁਲ ਇਸ ਤਰ੍ਹਾਂ ਦੀ ਗੱਲ ਨਹੀਂ ਪੰਜਾਬ ਦੇ ਦਿੱਲੀ ਦਾ ਫੈਸਲਾ ਗਾ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਗਾ ਸੋ ਬਹੁਤ ਵੱਡਾ ਫੈਸਲਾ ਉਹ ਦਿੱਲੀ ਦੇ ਲੋਕ ਇਸ ਬਾਰੇ ਫੈਸਲਾ ਕਰਨਗੇ